ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਿਤੇਸ਼ ਅਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ। ਅੱਜ ਟਿਊਜ਼ਡੇ ਹੈ ਅਤੇ ਟਾਈਮ ਹੋ ਗਿਆ ਤਕਰੀਬਨ 2 ਵਜੇ ਦਾ, ਅਤੇ ਅੱਜ ਅਸੀਂ ਜਾ ਰਹੇ ਸੀਗੇ ਫੋਕ ਲਿਫਟ ਦਾ ਲਾਈਸੈਂਸ ਬਣਵਾਉਣ, ਅਤੇ ਤੁਹਾਨੂੰ ਅੱਜ ਦਿਖਾਉਂਦੇ ਆ ਸਾਰਾ ਕਿਵੇਂ ਕਿੱਥੋਂ ਮਤਲਬ ਜਾਣਾ, ਕਿਹੜਾ ਟੈਸਟ ਦੇਣਾ ਪੈਣਾ ਅਤੇ ਕਿਵੇਂ ਸਾਰਾ ਮਤਲਬ ਤੁਹਾਨੂੰ ਦੱਸਦੇ ਹਾਂ। ਫੋਕ ਲਿਫਟ ਦਾ ਲਾਈਸੈਂਸ ਬਣਨ ਤੱਕ ਤੁਹਾਨੂੰ ਕਿਵੇਂ ਸਾਰੀ ਪ੍ਰੈਕਟਿਸ ਅਤੇ ਟ੍ਰੇਨਿੰਗ ਮਿਲੇਗੀ ਫੋਕ ਲਿਫਟ 'ਤੇ, ਅਤੇ ਕਿੱਦਾਂ ਜਾਣਾ। ਅਸੀਂ ਬੱਸ 'ਤੇ ਚੱਲੇ ਸੀਗੇ ਨਾਲ ਆਪਣੇ, ਸਟੋਪ ਹੈਗਾ ਆਪਣੇ ਘਰ ਦੇ। ਆਹ ਇੱਥੇ ਸਟੋਪ ਆ, ਵੇਖੋ ਉਹ ਪਿੱਛੇ ਸਟੋਪ ਹੈ ਉੱਥੇ, ਅਤੇ ਆਹ ਮੁੰਡਾ ਵੀ ਰੋਹਿਤ ਜੀ। ਹਾਂਜੀ, ਅਤੇ ਜਾ ਰਿਹਾ ਸਾਡੇ ਨਾਲ। ਅੱਜ ਤਰੀਕ ਕਿੰਨੀ ਹੋ ਗਈ? ਅੱਜ 6 ਤਰੀਕ ਹੋ ਗਈ। ਤੇ ਬਸ ਚੱਲਦੇ ਹੁਣ ਆਪਾਂ ਬੱਸ 'ਤੇ, ਅਤੇ ਇੱਕ ਤੁਹਾਨੂੰ ਆਹ ਦੱਸਦੇ ਹਾਂ ਵੀ ਜਿਵੇਂ ਆਹ ਸਟੋਪ ਦਾ ਸਾਈਨ ਹੁੰਦਾ ਇੱਥੇ, ਜਿਵੇਂ ਸਾਰੇ ਮਤਲਬ ਚੌਂਕ 'ਤੇ ਜਿਹੜਾ ਸਟੋਪ ਦਾ ਸਾਈਨ ਹੋਏਗਾ, ਅਤੇ ਆਹ ਜ਼ੈਬਰਾ ਕ੍ਰੋਸਿੰਗ ਤੋਂ ਆਪਾਂ ਲੰਘਣਾ, ਅਤੇ ਗੱਡੀ ਮਤਲਬ ਗੱਡੀਆਂ ਰੁਕ ਜਾਣਗੀਆਂ ਜਿਵੇਂ ਆਹ ਤੁਸੀਂ ਵੇਖ ਸਕਦੇ ਹੋ, ਆਹ ਪਿੱਛੇ ਗੱਡੀਆਂ ਰੁਕ ਕੇ ਜਾਣਗੀਆਂ। ਪਹਿਲਾਂ ਤੁਰਦੇ ਬੰਦੇ ਜਿਹੜੇ ਆ ਉਹਨਾਂ ਨੂੰ ਪਹਿਲ ਮਿਲਦੀ ਹੈ, ਅਤੇ ਸਾਰੀਆਂ ਗੱਡੀਆਂ ਰੁਕ ਕੇ ਜਾਣਗੀਆਂ। ਕੈਨੇਡਾ 'ਚ ਬਹੁਤ ਜ਼ਿਆਦਾ ਕਦਰ ਹੈ ਤੁਰਦੇ ਬੰਦੇ ਦੀ, ਅਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਫੋਕ ਲਿਫਟ ਲਾਈਸੈਂਸ ਕਿਵੇਂ ਬਣੂਗਾ, ਅਤੇ ਨਾਲ ਉਹ ਟ੍ਰੇਨਿੰਗ ਵੀ ਦਿੰਦੇ ਆ। ਰੋਹਿਤ ਇੱਧਰ ਆ, ਟ੍ਰੇਨਿੰਗ ਦੱਸ ਕਿਵੇਂ ਦਿੰਦੇ ਨੇ ਉਹ? ਟ੍ਰੇਨਿੰਗ ਕਿੰਨੇ ਬਣਨਗੇ ਆਪਣੇ? ਟ੍ਰੇਨਿੰਗ ਤਾਂ ਮੈਂ ਦੱਸਣਾ, ਮੇਰਾ ਆਪਦਾ ਨਹੀਂ ਬਣਿਆ, ਮੈਂ ਕੀ ਦੱਸਾਂ। ਇਹਦਾ ਆਪਦਾ ਹੀ ਨਹੀਂ ਬਣਿਆ, ਇਹ ਵੀ ਜਾ ਰਿਹਾ ਸਾਡੇ ਨਾਲ, ਪਰ ਇਹ ਕਹਿੰਦਾ ਮੈਂ ਨਹੀਂ ਬਣਵਾਉਣਾ। ਆ ਵੇਖੋ ਇੱਥੋਂ ਐ ਬੱਸਾਂ ਪਤਾ ਲੱਗਦੀਆਂ ਨੇ ਮੈਪ ਤੇ ਦੇਖ ਕੇ, ਤੁਹਾਨੂੰ ਦੇਖ ਨਹੀਂ ਰਿਹਾ ਹੋਣਾ ਸ਼ਾਇਦ, ਅਤੇ ਇੱਥੋਂ ਮੈਪ ਤੋਂ ਬੱਸਾਂ ਪਤਾ ਲੱਗ ਜਾਂਦੀਆਂ ਨੇ ਕਿੱਥੋਂ ਕਿਹੜਾ ਸਟੋਪ ਕਿੱਥੇ ਜਾਣਾ। ਅਤੇ 5 ਬਣਦੇ ਫੋਕ ਲਿਫਟ ਦੇ, 5 ਤਰ੍ਹਾਂ ਦੀ ਫੋਕ ਲਿਫਟ ਦਾ ਮੈਂ ਕਹਿੰਦਾ ਮੇਰਾ ਬਣਿਆ ਨਹੀਂ ਹੋਇਆ। 5 ਤਰ੍ਹਾਂ ਦਾ ਆਹ ਦੇਖੋ, ਅਤੇ ਤਕਰੀਬਨ 5 ਤਰ੍ਹਾਂ ਦੀ ਫੋਕ ਲਿਫਟ ਦਾ ਲਾਈਸੈਂਸ ਬਣੇਗਾ। ਇੱਕ ਹੀ ਲਾਈਸੈਂਸ 'ਤੇ ਪੂਰੇ ਟਿੱਕ ਲੱਗੇ ਹੋਣਗੇ, ਅਤੇ 5 ਤਰ੍ਹਾਂ ਦੀ ਆਪਾਂ ਚਲਾ ਸਕਦੇ ਹਾਂ, ਠੀਕ ਹੈ ਜੀ। ਅਤੇ ਉੱਧਰ ਆ ਗਈ 2-5 'ਤੇ, 2-5 'ਤੇ ਜਾਣਾ, 2-5 'ਤੇ ਬੱਸ ਹੈ। ਅਤੇ ਟਾਈਮ ਕਿੰਨਾ ਹੋ ਗਿਆ ਰੋਹਿਤ? 2 ਵੱਜ ਗਏ ਪੂਰੇ 5 ਮਿੰਟ ਤੋਂ ਬਾਅਦ ਬੱਸ ਹੈ, ਅਤੇ ਤਾਂ ਕਰਕੇ ਅਸੀਂ ਜਾ ਰਹੇ ਹਾਂ ਕਿਸੇ ਹੋਰ ਸਟੋਪ 'ਤੇ, ਇੱਥੇ ਥੋੜ੍ਹੀ ਲੇਟ ਆ ਨੀ। ਆਹ ਮੁੰਡੇ ਨੂੰ 4 ਮਹੀਨੇ ਹੋ ਗਏ ਨੇ ਇੱਥੇ ਰਹਿੰਦਿਆਂ ਨੂੰ, ਇਹਨੂੰ ਇਹ ਨਹੀਂ ਪਤਾ ਹਾਲੇ ਵੀ ਸਟੋਪ ਕਿਹੜਾ, ਕਿੱਥੋਂ ਸਾਰਿਆਂ ਨਾਲ ਨੇੜਿਓ ਬੱਸ ਚੜੇਗੀ। ਰੱਬ ਸਿਆ ਇੱਧਰ ਆ, ਕਿੱਦਾਂ ਬਾਈ ਜੀ, ਕੀ ਹਾਲ ਚਾਲ? ਆਲੇ ਪਾਸੇ ਆਲੇ ਪਾਸੇ 5 ਮਿੰਟ ਪਹੁੰਚੇ ਤਾਂ ਜਾਣਾ ਨਹੀਂ, ਫਿਰ ਇੱਥੇ ਰੁਕ ਚਲੀਏ। ਇੱਥੇ ਬਾਈ ਤੇ ਬਸ ਕਿੰਨੇ ਆਈ, ਤੁਹਾਨੂੰ ਸਾਰਾ ਦਿਖਾਉਣੇ ਆ ਕਿੱਦਾਂ ਬੱਸ ਫੜਨੀ ਆ, ਚੜਨਾ ਪ੍ਰੈਸਟੋ ਗਾਰਡ ਕਿੱਦਾਂ ਲਾਉਣਾ ਬੱਸ ਦੇ ਵਿੱਚ। ਹਾਂਜੀ ਸਾਰਾ ਤੁਹਾਨੂੰ ਵੀ ਆਏ ਦੱਸਦੇ ਆ ਬੱਸ ਦਾ। ਹਾਂ ਹੁਣ ਵੀ ਕਿਉਂਕਿ ਜਾ ਕੇ ਵੀ ਦਿਖਾਵਾਂਗੇ ਤੁਹਾਨੂੰ, ਫੋਕ ਲਿਫਟ ਵਾਲਾ ਵੀ ਸਾਰੀ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਕਿੱਦਾਂ ਫੋਕ ਲਿਫਟ ਚਲਾਉਣੀ ਆ। ਹਾਂ ਹਾਂ ਉਹ ਸਾਰਾ ਤੁਹਾਨੂੰ ਅੱਜ ਦੱਸਾਂਗੇ, ਅਤੇ 5 ਮਿੰਟ ਤੱਕ ਤਾਂ ਸਾਡੇ ਕੋਲ ਉਹ ਵਾਲੇ ਸਟੋਪ 'ਤੇ ਪਹੁੰਚਿਆ ਨਹੀਂ ਜਾਣਾ, ਅਤੇ ਤਾਂ ਕਰਕੇ ਅਸੀਂ ਹੁਣ ਇੱਥੇ ਵੇਟ ਕਰ ਰਹੇ ਹਾਂ, ਵੇਟ ਕਰ ਲੈਂਦੇ ਹਾਂ 10-15 ਮਿੰਟ ਰੁਕੇ ਨੇ ਹੋਰ। ਹਾਂ ਅਤੇ ਪ੍ਰੈਸਟੋ ਵੀ ਤੁਹਾਨੂੰ ਦੱਸ ਦਾਂਗਾ ਮੈਂ ਵੀ ਕਿਵੇਂ ਬਣਨਾ। ਵੈਸੇ ਤੁਹਾਨੂੰ ਸ਼ੋਅ ਕਰ ਦਿੰਦੇ ਹਾਂ ਪ੍ਰੈਸਟੋ ਕਾਰਡ ਹੁੰਦਾ ਕਿਹੜਾ ਵਾ, ਪ੍ਰੈਸਟੋ ਕਾਰਡ ਅਤੇ ਆਹ ਹੁੰਦਾ ਪ੍ਰੈਸਟੋ ਕਾਰਡ ਬਾਈ ਜੀ, ਆਹ ਪ੍ਰੈਸਟੋ ਕਾਰਡ ਹੈ, ਪਿੱਛੋਂ ਵਿਖਾ ਦੇ, ਪਿੱਛੇ ਨਾਮ ਦੇ ਸਾਈਨ ਹੁੰਦੇ ਆਪਣੇ, ਕੱਲ੍ਹ ਨੂੰ ਵੀ ਆਪਣੇ ਦੋਸਤ ਨਵਾਵਾ ਤੇ ਰਲ ਜਾਂਦਾ ਇਹਦੇ ਨਾਲ ਪਤਾ ਲੱਗ ਜਾਂਦਾ ਆਪਾਂ ਨੂੰ। ਅਤੇ ਇਹ ਤੁਸੀਂ ਬਣਵਾ ਸਕਦੇ ਹੋ ਕਿਸੇ ਵੀ ਡਰੱਗ ਸ਼ੋਪ ਤੋਂ, ਸ਼ੋਪਰਸ ਤੋਂ ਵੀ ਬਣ ਜੂਗਾ ਤੁਹਾਡਾ। ਹਾਂ ਉੱਥੋਂ ਵੀ ਬਣੇ ਹੁੰਦਾ। ਬਾਕੀ ਤੁਹਾਨੂੰ ਅੱਜ ਦਿਖਾਉਂਦੇ ਹਾਂ ਕਿਵੇਂ ਬਣਦਾ ਫੋਕ ਲਿਫਟ ਦਾ ਲਾਈਸੈਂਸ। ਹਾਂ ਤੁਸੀਂ ਦੇਖ ਸਕਦੇ ਹੋ, ਆਹ ਵੇਖੋ, ਚਲੋ ਮਿਲਦੇ ਹਾਂ ਬੱਸ 'ਚ, ਫਿਰ ਵੀਡੀਓ ਤੁਹਾਨੂੰ ਦਿਖਾਉਣੇ ਆ ਫਿਰ ਅੱਗੇ ਜਾ ਕੇ, ਬੱਸ 'ਚ ਮਿਲਦੇ ਹਾਂ। ਅਤੇ ਹੁਣ ਜਾ ਰਹੇ ਸੀਗੇ ਆਪਾਂ ਫੋਕ ਲਿਫਟ ਦਾ ਲਾਈਸੈਂਸ ਬਣਵਾਉਣ, ਅਤੇ ਤੁਸੀਂ ਦੇਖ ਸਕਦੇ ਹੋ ਕੈਨੇਡਾ ਬੱਸ 'ਚ ਕਿਵੇਂ ਦਾ ਲੱਗਦਾ,
ਤੇ ਬੱਸ 'ਚ ਤੁਸੀਂ ਦੇਖੋ ਕਾਫੀ ਕਰਾਊਡ ਹੈ, ਮੈਂ ਦਿਖਾਉਂਦਾ ਤੁਹਾਨੂੰ, ਆਹ ਦੇਖੋ ਕਾਫੀ ਕਰਾਊਡ ਹੈ ਬੱਸ 'ਚ। ਅਤੇ ਇੱਥੇ ਬ੍ਰੈਂਪਟਨ 'ਚ ਤਾਂ ਇੱਦਾਂ ਹੀ ਆ, ਪੰਜਾਬੀ ਸਾਰੇ ਹੁੰਦੇ ਆ ਬੱਸ 'ਚ। ਅਤੇ ਬਾਕੀ ਤੁਸੀਂ ਆਹ ਦੇਖੋ ਵੀ ਉਹ ਥੋੜ੍ਹੀ ਦੇਰ ਤੱਕ ਬਸ ਅਸੀਂ ਪਹੁੰਚਣ ਵਾਲੇ ਹਾਂ ਅਤੇ ਬੱਸ ਚੇਂਜ ਕਰਨੀ ਹੈ, ਮਿਲਦੇ ਹਾਂ ਤੁਹਾਨੂੰ। ਧੁੱਪ ਵੇਖ ਲੋ ਕਿੰਨੀ, ਜਿਹੜੇ ਕਹਿੰਦੇ ਨੇ ਨਾ ਇੱਥੇ ਕੈਨੇਡਾ ਧੁੱਪ ਨੀ ਪੈਂਦੀ। ਮੁੰਡੇ ਕੈਨੇਡਾ ਆ ਕੇ ਮਛਲੇ ਫਿਰਦੇ ਨੇ। ਉਹ ਵੇਖੋ ਉਹ ਜਿਹੜਾ ਹੁਣੇ ਉੱਥੇ ਲਾਲ ਜਿਹਾ ਹੱਥ ਸੀ, ਹੁਣ ਉੱਥੇ ਬੰਦਾ ਹੋ ਗਿਆ, ਹੁਣ ਆਪਾਂ ਜਾ ਸਕਦੇ, ਗੱਡੀਆਂ ਰੁਕ ਜਾਣਗੀਆਂ। ਆਹ ਬੰਦਾ ਗਲਤ ਖੜਾ, ਜਿਹੜੇ ਆ ਜਾਂਦੇ ਨਾ ਉੱਥੋਂ ਜਨਾਨੀ ਲੱਗਦੀ ਮੈਨੂੰ ਤਾਂ ਉਈ। ਆਹ ਵੇਖੋ ਟਾਈਮ ਆਉਂਦਾ ਵੀ ਇੰਨੇ ਟਾਈਮ 'ਚ ਆਪਾਂ ਲੰਘਣਾ, ਹੁਣ ਜੇ ਨਾ ਲੰਘੇ ਤਾਂ ਬਸ ਗੱਡੀ ਉੱਤੋਂ ਦੀ ਲੰਘ ਜਾਣੀ। ਇੱਧਰ 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 ਆਹ ਵੇਖ ਲਓ ਅੰਗਰੇਜ਼ਨ ਕੀ ਕਰਦੀ ਜੇ। ਉਹ ਆਪਣਾ ਸਟੋਪ ਹੈਗਾ, ਤੁਹਾਨੂੰ ਸਟੋਪ 'ਤੇ ਜਾ ਕੇ ਮਿਲਣੇ। ਆਹ ਵੇਖ ਲਓ ਧੁੱਪ ਕਿੱਡੀ ਹੈ ਇੱਥੇ, ਟੈਂਪਰੇਚਰ ਕਿੰਨਾ ਹੋਣਾ, ਟੈਂਪਰੇਚਰ ਵੇਖ, ਟੈਂਪਰੇਚਰ ਵਿਖਾਉਂਦੇ ਹਾਂ ਤੁਹਾਨੂੰ। ਟੈਂਪਰੇਚਰ ਹੈਗਾ 24 ਡਿਗਰੀ ਸੈਲਸੀਅਸ ਅਤੇ ਆਹ ਬਾਈ ਦਾ ਬੈਗ ਵਿਖਾਉਂਦਾ ਤੁਹਾਨੂੰ, ਇਹ ਜੈਕਟ ਜੈਕਟ ਤੈਨੂੰ ਚਾਰ ਮਹੀਨੇ ਹੋ ਗਏ ਇਹਨੂੰ, ਹਾਲੇ ਨੀ ਪਤਾ ਵੀ ਆਪਾਂ ਕਿੱਧਰ ਜਾਣਾ ਕੀ ਕਰਨਾ। ਇਹ ਬੰਦਾ ਪੀਆਰ ਆ ਇੱਥੇ ਸਿੱਧਾ, ਚਿੱਟਾ ਹਸਕੀ ਪੰਪੇ ਗੱਡੀਆਂ ਖੜੇ ਨੇ, ਟਰਾਲੇ ਸਾਰੇ ਆਪਣੇ ਨੇ, ਕੰਪਨੀ ਆਪਣੀ ਬਾਈ ਜੀ, ਕੋਈ ਵੀ ਲੋੜ ਹੋਵੇ ਤੁਹਾਨੂੰ ਲਾਇਸੈਂਸ ਬਾਰੇ ਸਾਨੂੰ ਕੰਟੈਕਟ ਕਰੋ। ਕਿਸੇ ਨੂੰ ਲਾਇਸੈਂਸ ਚਾਹੀਦਾ ਹੋਵੇ ਪੈਸਿਆਂ ਨਾਲ ਬਣਵਾ ਦੇਵਾਂਗੇ ਤੁਹਾਨੂੰ ਆ ਟਰੱਕ ਦਾ ਲਾਇਸੈਂਸ, ਠੀਕ ਹੈ, ਫ੍ਰੀ ਤਾਂ ਸਾਡਾ ਵੀ ਨਹੀਂ ਬਣਿਆ। ਹਾਂ ਪੈਸੇ ਲੱਗਣਗੇ ਅਤੇ ਕਿਹੜਾ ਆਈਏ ਜਿੱਥੇ ਆਪਾਂ ਜਾਣਾ ਰੋਹਿਤ, ਇੱਥੇ ਲੱਗ ਗਈ ਨਾਲ ਹੀ, ਇੱਥੇ ਜਾਣਾ ਅਸੀਂ। ਫੋਕਲਿਫਟ ਦਾ ਲਾਇਸੈਂਸ ਤੁਹਾਨੂੰ ਦੱਸਦੇ ਹਾਂ ਕਿਵੇਂ ਬਣੇਗਾ, ਤੁਸੀਂ ਵੀ ਇੱਥੇ ਪਹੁੰਚੋ ਅਤੇ ਬਣਵਾਓ ਲਾਇਸੈਂਸ ਫੋਕਲਿਫਟ ਦਾ। ਅਤੇ ਇੱਕ ਗੱਲ ਹੋਰ, ਆਪਾਂ ਕਿੱਥੇ ਆ, ਜਗ੍ਹਾ ਦਾ ਕੀ ਨਾਮ ਹੈ, ਡਿਕਸੀ ਰੋਡ ਹੈ, ਡਿਕਸੀ ਰੋਡ ਤੇ ਹੈ ਤੇ ਰੇਗਲ ਫੋਕਲਿਫਟ ਵਾਲਾ ਲਾਇਸੈਂਸ ਬਣਾਉਣ ਲੱਗੇ ਆ। ਵਾਜੀ ਵਾ ਬੋਲੀ, ਵਾਜੀ ਵਾ, ਵਾਜੀ ਵਾ, ਵਾਜੀ ਵਾ, ਚਿੱਟੇ ਚੋਲ ਜਿਨ੍ਹਾਂ ਨੇ ਪੁਣ ਕੀਤੇ ਤੇ ਰੱਬ ਨੇ ਬਣਾਈਆਂ ਜੋੜੀਆਂ, ਵਾਜੀ ਵਾ, ਤੇ ਪਰਿਵਾਰਾਂ ਦਾ ਮੈਂ ਇਧਰ ਮੁੜਨਾ ਹੈ, ਬਸ ਇੱਥੇ ਤੁਸੀਂ ਆਣਾ ਹੈ ਤੇ ਤੁਹਾਨੂੰ ਲੈ ਕੇ ਚੱਲਦੇ ਆ ਅੰਦਰ, ਅੰਦਰ ਲੈ ਕੇ ਚੱਲਦੇ ਆ ਫਿਰ ਤੁਹਾਨੂੰ ਦੱਸਦੇ ਆ। ਉਹ ਆਲ ਬਸ ਤੇ ਜਾਣਾ ਨਾ, ਉਹ ਵੇਖ ਲੋ ਉਹ ਬਸ ਗੋ ਤੇ ਉੱਤੇ ਬੈ ਕੇ, ਹਾਂ ਉੱਤੇ ਬਹਿ ਕੇ ਜਾਂਦਾ ਮੁੰਡਾ। ਤੇ ਹੁਣ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਫਿਰ ਤੁਹਾਨੂੰ ਦੱਸਦੇ ਆ ਕਿਵੇਂ ਕਿੱਥੋਂ ਬਣੇਗਾ, ਟ੍ਰੇਨਿੰਗ ਵੀ ਤੁਹਾਨੂੰ ਦੱਸਦੇ ਆ ਕਿਵੇਂ ਲੈ ਸਕਦੇ ਤੁਸੀਂ। ਆਪਾਂ ਕਿੰਨੇ ਨੰਬਰ 'ਤੇ ਜਾਣਾ ਰੋਹਿਤ, 12 12 ਨੰਬਰ ਗੇਟ ਹੈ ਅਤੇ ਬਸ ਪਹੁੰਚਣ ਵਾਲੇ ਹਾਂ। ਆਹ ਵੇਖੋ ਆ ਲਿਖਿਆ ਰੈਗਲ ਫੋਕਲਿਫਟ ਟ੍ਰੇਨਿੰਗ, ਇੱਧਰ ਜਾਣਾ ਤੁਸੀਂ। ਆਹ ਦੇਖੋ
ਇੱਥੋਂ ਅਸੀਂ ਬਣਾਇਆ ਫੋਕਲਿਫਟ ਪਿੱਛੇ ਆਪਣੇ ਰੈਗਲ ਵਾਲੇ ਬਾਈ ਹੈਗੇ ਆ ਇਹਨਾਂ ਕੋਲ ਫੋਕਲਿਫਟ ਦਾ ਲਾਇਸੈਂਸ ਬਣਵਾਇਆ ਸੀ ਦੇਖ ਸਕਦੇ ਹੋ ਤੇ ਇਹਨਾਂ ਦਾ ਨੰਬਰ ਵੀ ਲਿਖਿਆ ਵਿੱਚ ਹਾਂ ਜੇ ਵੀ ਜਿਸ ਵੀਰ ਭਰਾ ਭੈਣ ਨੂੰ ਚਾਹੀਦਾ ਲਾਇਸੈਂਸ ਆਪਣਾ ਇਹਨਾਂ ਕੋਲੋਂ ਬਣਵਾ ਸਕਦੇ ਹੋ ਲਾਇਸੈਂਸ ਬੰਦੇ ਬਹੁਤ ਵਧੀਆ ਨੇ ਤੇ ਹੈਲਪ ਕਰਨਗੇ ਤੁਹਾਡੀ ਟ੍ਰੇਨਿੰਗ ਦੇ ਗਾਈਡ ਫੁੱਲ ਕਰਦੇ ਆ ਤੇ ਬਾਕੀ ਪੰਜ ਤਰ੍ਹਾਂ ਦਾ ਜਿਹੜਾ ਆਪਣਾ ਪੰਜ ਤਰ੍ਹਾਂ ਦੀ ਮਸ਼ੀਨ ਸਾ ਫੋਕਲਿਫਟ ਵਾਲੀ ਤੇ ਸਾਰੀ ਮਸ਼ੀਨ ਦੀ ਵਧੀਆ ਟ੍ਰੇਨਿੰਗ ਦਿੰਦੇ ਆ ਧੁੱਪ ਪਈ ਇੱਧਰ ਤੇ ਟ੍ਰੇਨਿੰਗ ਵਧੀਆ ਦਿੰਦੇ ਆ ਫੋਕਲਿਫਟ ਦੀ ਤੇ ਦੋ ਮਸ਼ੀਨਾਂ ਹੋ ਗਈਆਂ ਅੱਜ ਤੇ ਭਾਈ ਜੀ ਦੋ ਮਸ਼ੀਨ ਦੀ ਟ੍ਰੇਨਿੰਗ ਲੈ ਲਈ ਆ ਵਧੀਆ ਸਾਨੂੰ ਵੱਲ ਆ ਗਿਆ ਸਾਰਾ ਤੇ ਬਾਕੀ ਮਸ਼ੀਨ ਦੀ ਹੁਣ ਅਸੀਂ ਟ੍ਰੇਨਿੰਗ ਲਵਾਂਗੇ ਪਰਸੋਂ ਤੇ ਕੋਈ ਨਾ ਬਾਕੀ ਪਰਸੋਂ ਬਣਾਉਣੇ ਆ ਆਹ ਜਗ੍ਹਾ ਤੇ ਮੈਂ ਲੋਕੇਸ਼ਨ ਮੈਂਸ਼ਨ ਕਰ ਦਾਂਗਾ ਕਿੱਥੇ ਆ ਠੀਕ ਹੈ ਅਤੇ ਬਾਕੀ ਤੁਹਾਨੂੰ ਮੈਂ ਦਿਖਾਉਂਦਾ ਲਾਇਸੈਂਸ ਸਾਡਾ ਆਹ ਦੇਖੋ ਜੀ ਆਹ ਲਾਇਸੈਂਸ ਠੀਕ ਹੈ ਅਤੇ ਪੰਜੇ ਦੇ ਪੰਜ ਮਸ਼ੀਨਾਂ ਪੰਜ ਦੀਆਂ ਪੰਜ ਮਸ਼ੀਨਾਂ ਚਲਵਾ ਕੇ ਵੇਖੀਆਂ ਸੀ ਇਹਨਾਂ ਅਤੇ ਵਧੀਆ ਹੋ ਗਿਆ ਮਤਲਬ ਸਹੀ ਸੀਗਾ ਮਤਲਬ ਸਹੀ ਮਸ਼ੀਨ ਚਲਾਈ ਮੈਂ ਕਿਤੇ ਵੀ ਅੜਿਆ ਨਹੀਂ ਅਤੇ ਬਾਈ ਥੋੜ੍ਹਾ ਅੜਾ ਸੀ ਅਤੇ ਕੋਈ ਗੱਲ ਨਹੀਂ ਅਤੇ ਹੁਣ ਲਾਇਸੈਂਸ ਬਣ ਗਿਆ ਸਾਡਾ ਫੋਕਲਿਫਟ ਦਾ ਤੁਸੀਂ ਵੀ ਬਣਵਾਉਣਾ ਲੋਕੇਸ਼ਨ ਮੈਂ ਮੈਂਸ਼ਨ ਕਰ ਦਾਂਗਾ 12 ਨੰਬਰ 12 ਗੇਟ ਨੰਬਰ ਹੈ ਅਤੇ ਬਾਕੀ ਲੋਕੇਸ਼ਨ ਮੈਂ ਮੈਂਸ਼ਨ ਕਰ ਦਾਂਗਾ ਥੱਲੇ ਅਤੇ ਹੁਣ ਚੱਲਦੇ ਹਾਂ ਆਪਾਂ ਘਰ ਨੂੰ ਫੋਕਲਿਫਟ ਦਾ ਲਾਇਸੈਂਸ ਤੁਸੀਂ ਵੀ ਬਣਵਾਉਣਾ ਤਾਂ ਥੱਲੇ ਮੈਂ ਮੈਂਸ਼ਨ ਕਰ ਦਾਂਗਾ ਇਹਨਾਂ ਦਾ ਨੰਬਰ ਵੀ ਤੁਸੀਂ ਇਹਨਾਂ ਨੂੰ ਕਾਲ ਕਰਕੇ ਬ੍ਰੈਂਪਟਨ 'ਚ ਕਿਤੇ ਵੀ ਹੋ ਤੁਸੀਂ ਅਤੇ ਰੈਗਲ ਦਾ ਤੁਸੀਂ ਹੀ ਫੋਕਲਿਫਟ ਲਾਇਸੈਂਸ ਬਣਵਾਉਣਾ ਕਿਉਂਕਿ ਜਿਹੜਾ ਵਿਜ਼ਡਮ ਹੁਣ ਜਿਹੜਾ ਵਿਜ਼ਡਮ ਵਾਲੇ ਬੰਦੇ ਵੀ ਇੱਥੇ ਆ ਰਹੇ ਆ ਰੀਨਿਊ ਕਰਾਉਣ ਲਾਇਸੈਂਸ ਆਪਦਾ ਫੋਕਲਿਫਟ ਅਤੇ ਮੈਂ ਤਾਂ ਤੁਹਾਨੂੰ ਸੁਜੈਸਟ ਕਰਾਂਗਾ ਜੇ ਤੁਸੀਂ ਫੋਕਲਿਫਟ ਦਾ ਲਾਇਸੈਂਸ ਬਣਵਾਉਣਾ ਤਾਂ ਇੱਥੋਂ ਹੀ ਬਣਵਾਓ ਰੈਗਲ ਵਾਲਾ ਹੀ ਬਣਵਾਇਓ ਹਾਂਜੀ ਕਿਉਂਕਿ ਇਹ ਤਾਂ ਹਰੇਕ ਕੰਪਨੀ ਦੇ ਵਿੱਚ ਇਹਦੇ ਨਾਲ ਤੁਹਾਨੂੰ ਕੋਈ ਵੀ ਇਸ਼ੂ ਨਹੀਂ ਹੋਏਗਾ ਕ੍ਰੇਟ ਵਧੀਆ ਤੁਹਾਨੂੰ ਜੋਬ ਮਿਲ ਜਾਏਗੀ ਤੇ ਇਹ ਜੋ ਮਤਲਬ ਆਰਗੇਨਾਈਜੇਸ਼ਨਸ ਦਾ ਤੇ ਏਜੰਸੀਜ਼ ਦਾ ਨੰਬਰ ਵੀ ਦਿੰਦੇ ਆ ਫੋਕਲਿਫਟ ਦਾ ਜਿਵੇਂ ਮੰਨ ਲਓ ਲਾਇਸੈਂਸ ਬਣ ਗਿਆ ਤੇ ਤੁਹਾਨੂੰ ਜੋਬ ਲੱਭਣ ਦੀ ਲੋੜ ਵੀ ਨਹੀਂ ਤੇ ਇਹ ਹੀ ਦੱਸਣਗੇ ਤੁਹਾਨੂੰ ਬਾਕੀ ਪ੍ਰਮੋਸ਼ਨ ਆਪਾਂ ਕਰ ਨਹੀਂ ਰਹੇ ਬਾਕੀ ਤੁਹਾਡੀ ਮਰਜ਼ੀ ਹੈ ਜਿੱਥੇ ਬਣਵਾਉਣਾ ਪਰ ਅਸੀਂ ਸੁਜੈਸਟ ਕਰਾਂਗੇ ਬਹੁਤ ਵਧੀਆ ਤੇ ਬਾਕੀ ਤੁਹਾਡੀ ਮਰਜ਼ੀ ਹੈ ਬਾਕੀ ਤੁਹਾਡੀ ਮਰਜ਼ੀ ਆ ਜਿੱਥੋਂ ਬਣਵਾਉਣਾ ਬਾਈ ਤੁਸੀਂ ਬਣਵਾ ਲਿਓ ਅਸੀਂ ਤਾਂ ਤੁਹਾਨੂੰ ਗਾਈਡ ਕਰਨਾ ਅਸੀਂ ਤਾਂ ਗਾਈਡ ਕਰਨਾ ਇੱਥੋਂ ਬਣਵਾਓ ਬਾਕੀ ਤੁਹਾਡੀ ਮਰਜ਼ੀ ਚਲੋ ਫਿਰ ਪੂਰੀ ਮੈਂ ਵੀਡੀਓ ਵਿੱਚ ਸ਼ੇਅਰ ਕਰਾਂਗਾ ਕਿਵੇਂ ਅਸੀਂ ਡਰਾਈਵ ਕੀਤਾ ਦੋਨਾਂ ਨੇ ਤੇ ਚਲੋ ਮਿਲਦੇ ਹਾਂ ਆ ਮੁੰਡਾ ਕਿੱਧਰ ਪੈਦਾ ਚੱਲ ਕਿੱਧਰ ਪੈਦਾ ਚੱਲਦਾ ਚੱਲਿਆ ਆਪਾਂ ਉਧਰ ਚੱਲੇ ਆ ਕਿੱਧਰ ਉਧਰ ਠੀਕ ਹੈ ਓਕੇ ਜੀ